हलका श्री फतेहगढ़ साहिब तो श्रोमणी अकाली दल अते भाजपा दे सांझे उम्मीदवार सरदार दरबारा सिंह दफ्तर वासी पठाना तो वोटरां नूं अपील करदे होए अते प्रचार दरबारा सिंह गुरु दे हक विच प्रचार करदे होए लखवीर सिंह अजायब सिंह लाभ सिंह अते जसवीर सिंह आदि लोग मौजूद रहे। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਅੱਜ ਬਸੀ ਪਠਾਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਬੈਠੀ ਹਾਂ ਦਰਬਾਰਾ ਦੇ ਵਿੱਚ। ਉਹਨਾਂ ਦੇ ਚੇਅਰਮੈਨ ਸਾਹਿਬ ਨਾਲ ਆਪਾਂ ਇੱਥੇ ਗੱਲ ਕਰਦੇ ਹਾਂ, ਕੱਲ੍ਹ ਤਾਂ ਇਹਨਾਂ ਦਾ ਕੀ ਰੁਝਾਨ ਹੈ? ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਲੋਕ ਸਭਾ ਵਿੱਚ 2019 ਦੀ ਚੋਣ ਹੋ ਜਾ ਰਹੀ ਹੈ, ਜਿਸ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਚੋਣ ਹੋ ਰਹੀ ਹੈ। ਬਹੁਤ ਅਹਿਮ ਚੋਣ ਹੈ। ਉਸ ਅਹਿਮ ਚੋਣ ਦੇ ਲਈ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸਰਦਾਰ ਦਰਬਾਰਾ ਸਿੰਘ ਜੀ ਨੂੰ, ਜੋ ਕਿ ਬਹੁਤ ਹੀ ਪੜ੍ਹੇ ਲਿਖੇ ਹਨ ਅਤੇ ਸ਼ਰੀਫ ਅਤੇ ਨੇਕ ਇਨਸਾਨ ਨੇ, ਜਿਨ੍ਹਾਂ ਦੇ ਵਿੱਚ ਕੰਮ ਕਰਨ ਦੀ ਕਪੈਸਿਟੀ ਆ, ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਸਰ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਉਹ ਰਹੇ ਹੈ। ਉਹਨਾਂ ਦਾ ਬਹੁਤ ਹੀ ਐਡਮੰਡਾ ਅਤੇ ਰਾਜਨੀਤਿਕ ਦਾ ਬੜਾ ਤਜਰਬਾ ਹੈ। ਉਹਨਾਂ ਨੂੰ ਬਸੀ ਪਠਾਣਾ ਹਲਕੇ ਦੇ ਵਿੱਚ ਸਾਡੇ ਦਫ਼ਤਰ ਦੇ ਵਿੱਚ ਕੱਲ੍ਹ ਨੂੰ ਅਸੀਂ ਇੱਕ ਬਸੀ ਪਠਾਣਾ ਸ਼ਹਿਰ ਦੇ ਲਈ ਪ੍ਰੋਗਰਾਮ ਰੱਖਿਆ ਗਿਆ ਹੈ, ਜਿਹੜਾ ਕਿ ਸ਼ਹਿਰ ਦੇ ਵਿੱਚ ਹਰ ਇੱਕ ਦੁਕਾਨਦਾਰ ਤੱਕ ਪਹੁੰਚ ਕਰਦੀ ਹੈ। ਉਹਨਾਂ ਨੂੰ ਬੇਨਤੀ ਅਪੀਲ ਕਰਨੀ ਹੈ, ਜਿਹਦੇ ਵਿੱਚ ਆਪ ਸਰਦਾਰ ਦਰਬਾਰਾ ਸਿੰਘ ਜੀ ਗੁਰੂ ਪਹੁੰਚਣਗੇ। ਉਹਨਾਂ ਦੇ ਲਈ ਸਾਰੇ ਸਾਡੇ ਤੋਂ ਅਪੀਲ ਕਰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਸਵੇਰੇ 10:30 ਕੱਲ੍ਹ ਬਸੀ ਪਠਾਣਾ, ਜੋ ਮੰਡੀ ਦੇ ਵਿੱਚ ਸਰਦਾਰ ਦਰਬਾਰਾ ਸਿੰਘ ਗੁਰੂ ਵਾਲਾ ਸ਼੍ਰੋਮਣੀ ਅਕਾਲੀ ਦਲ ਵਾਲਾ ਦਫ਼ਤਰ, ਉਸ ਦਫ਼ਤਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਸਾਰਿਆਂ ਨੂੰ ਅਪੀਲ ਕਰਦੇ ਹਾਂ ਆਪਣੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਤੌਰ ਸਕੱਤਰ ਜਨਰਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਲਕਾ ਬਸੀ ਪਠਾਣਾ ਅਤੇ ਸਾਰੇ ਜ਼ਿਲ੍ਹੇ ਦੇ ਸਾਰੇ ਸੰਤ ਨੂੰ ਬੇਨਤੀ ਕਰਦੇ ਹਾਂ ਕਿ ਨੇਕ ਇਨਸਾਨ ਆਪਾਂ ਨੂੰ ਮਿਲੇ ਨੇ, ਜਿਹੜੇ ਕਿ ਆਪਣੀ ਖੁਸ਼ਕਿਸਮਤੀ ਹੈ ਆਪਣੇ ਹਲਕੇ ਦੇ ਵਿੱਚ ਹੀ ਸੇਵਾ ਕਰਦੇ ਨੇ, ਪਰ ਉਹ ਆਪਣੇ ਹਲਕੇ ਦੇ ਵਿੱਚੋਂ ਹੀ ਉਹਨਾਂ ਨੂੰ ਲੋਕ ਸਭਾ ਦੇ ਉਮੀਦਵਾਰ ਬਣਾਇਆ ਗਿਆ, ਜਿਹੜਾ ਕਿ MP ਬਣ ਕੇ ਆਪਣੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਲਈ ਉਹਨਾਂ ਦਾ ਬਹੁਤ ਵੱਡਾ ਪੋਜ਼ਿਟਿਵ ਰੋਲ ਹੋਊਗਾ, ਬਹੁਤ ਵੱਡਾ ਜ਼ਿਲ੍ਹੇ ਦੀ ਤਰੱਕੀ ਵਾਸਤੇ ਉਹਨਾਂ ਦਾ ਵੱਡਾ ਕਦਮ। ਆਪਣੀ ਜ਼ਿਲ੍ਹੇ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੁਣ ਤੱਕ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ ਜੀ? ਜਿਹੜੀ ਹੁਣ ਤੱਕ ਕਾਰਗੁਜ਼ਾਰੀ ਰਹੀ ਹੈ ਉਹ ਸਾਰੇ ਪਾਰਟੀਆਂ ਨਾਲੋਂ ਵੱਧ ਕੇ ਗੁਰੂ ਜੀ ਦੀ ਚੋਣ ਮੁਹਿੰਮ ਹੈ। ਪੂਰੇ ਉਹਨਾਂ ਨੇ 9 ਹਲਕਿਆਂ ਦੇ ਵਿੱਚ ਜਿਹੜੀ ਚੋਣ ਮੁਹਿੰਮ ਕੀਤੀ ਹੈ, ਦਰਜਾ ਬਰ ਦਰਜਾ ਸਾਰੇ ਜਿਹੜੇ ਲੀਡਰ ਸਾਹਿਬਾਨ ਹੈ ਉਹਨਾਂ ਨੂੰ, ਸਾਰਿਆਂ ਨੇ ਗੁਰੂ ਸਾਹਿਬ ਨੇ ਸਾਰਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਆਪਣੇ ਆਪਣੇ ਪਿੰਡ ਇਕੱਲੇ ਇਕੱਲੇ ਲੀਡਰ ਨੇ ਸਾਂਭੇ ਹੋਏ ਆ ਜਿੰਨੇ ਜਿੰਨੇ ਗੁਰੂ ਸਾਹਿਬ ਨੇ ਦਿੱਤੇ ਨੇ। ਸਾਡੀ ਬਹੁਤ ਵਧੀਆ ਜਿਹੜੀ ਲੀਡ ਨਾਲ ਗੁਰੂ ਸਾਹਿਬ ਸਾਰੇ 9 ਹਲਕਿਆਂ 'ਚੋਂ ਜਿੱਤਣਗੇ, ਇਹੀ ਸਾਡੀ ਇੱਕ ਤਮੰਨਾ ਵੀ ਹੈ ਅਤੇ ਸਾਡਾ ਵਿਸ਼ਵਾਸ ਵੀ। ਸਰ ਤੁਸੀਂ ਜਨਤਾ ਨੂੰ ਕੀ ਅਪੀਲ ਕਰਦੇ ਹੋ ਆਪਣੀ ਪਾਰਟੀ ਨੂੰ? लेटेस्ट न्यूज देखने के लिए प्राइम ब्रेकिंग न्यूज चैनल को सब्सक्राइब करना ना भूलें और साथ ही डेली अपडेट्स पाने के लिए बेल आइकन को प्रेस करें।